ਦੋਸਤੋ ਸਤਿ ਸ਼੍ਰੀ ਅਕਾਲ ई एस एम ए ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਦੋਸਤੋ ਜਿਹੜਾ ਸ਼ਬਦ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਸਿਰਫ ਤੇ ਸਿਰਫ ਪੋਲਿਟিক্যাল ਪਾਰਟੀਆਂ ਦੋਸਤੋ ਸਿਰਫ ਪੰਜਾਬ ਦੇ ਆ ਹੀ ਨਹੀਂ ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ ਵੀ ਜੋ ਹੈ ਇਸ ਲਈ ਆਮ ਆਦਮੀ ਪਾਰਟੀ ਨੂੰ ਕ੍ਰਿਟੀਸਾਈਜ਼ ਕਰ ਰਹੀਆਂ ਨੇ ਤਾਂ ਦੋਸਤੋ ਕ੍ਰਿਟੀਸਾਈਜ਼ ਕਰਨਾ ਚਾਹੀਦਾ ਕਿ ਨਹੀਂ ਕਰਨਾ ਅਸੀਂ ਇਸ ਨਿਸ਼ਕਰਸ਼ ਦੇ ਉੱਪਰ ਤਾਂ ਨਹੀਂ ਪਹੁੰਚਾਂਗੇ ਇਹ ਤਾਂ ਆਮ ਲੋਕਾਂ ਦਾ ਜਨਤਾ ਦਾ ਫੈਸਲਾ ਹੁੰਦਾ ਹੈ ਲੇਕਿਨ ਇਸ ਐਕਟ ਬਾਰੇ ਅੱਜ ਅਸੀਂ ਜ਼ਰੂਰ ਪੜਾਂਗੇ ਜਿਸ ਦਾ ਜੋ ਫੁੱਲ ਫਾਰਮ ਹੈ ਉਹ ਹੈ ਐਸੈਂਸ਼ੀਅਲ ਸਰਵਿਸ ਮੇਨਟੇਨੈਂਸ ਐਕਟ ਐਸਮਾ ਇਸ ਨੂੰ ਬੋਲ ਦਿੰਨੇ ਹਾਂ ਇਸ ਦੇ ਨਾਮ ਤੋਂ ਕਾਫੀ ਹੱਦ ਤੱਕ ਕਲੀਅਰ ਹੈ ਜੇ ਥੋੜੀ ਜੀਵੀ ਥੋੜੀ ਇੰਗਲਿਸ਼ ਵਧੀਆ ਹੈ ਤਾਂ ਅਸੀਂ ਦੇਖਦੇ ਹਾਂ ਬਈ ਬਹੁਤ ਜ਼ਰੂਰੀ ਜੋ ਸੀਮਾਵਾ ਨੇ ਉਸ ਨੂੰ ਜੁੜਿਆ ਹੋਇਆ ਜੋ ਇਹ ਐਕਟ ਹੈ ਤਾਂ ਦੋਸਤੋ ਇਹ ਜੋ ਐਕਟ ਹੈ ਭਾਰਤ ਦੇ ਵਿੱਚ ਪਹਿਲੀ ਵਾਰ ਇੰਦਰਾ ਗਾਂਧੀ 1968 ਦੇ ਵਿੱਚ ਇਸ ਨੂੰ ਲੈ ਕੇ ਆਈ ਸੀ ਅਤੇ ਇਹ ਐਕਟ ਇੰਨਾ ਖਤਰਨਾਕ ਹੈ ਦੇਖੋ ਇੰਨੀਆਂ ਖਤਰਨਾਕ ਜੋ ਹੈ ਜੋ ਅੱਜਕਲ ਹੈਡਲਾਈਨਸ ਆ ਰਹੀਆਂ ਨੇ ਕਿ ਬਈ ਤੁਸੀਂ ਆਪਣੀ ਜੌਬ ਜੋ ਹੈ ਉਹ ਜੋ ਹੈ ਉਸ ਤੋਂ ਹੱਥ ਤੋਂ ਬੈਠੋਗੇ ਯੂ ਮੇ ਲੂਜ਼ ਜੋਬਸ ਮਾਨ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵੌਂਟ ਸਟਾਫ ਅਗੇਂਸਟ ਸਟ੍ਰਾਈਕ ਇਨਵੋਕ ਇਸ ਮਟਿਲ 31 ਅਕਤੂਬਰ ਤਾਂ ਭਈ ਜੇ ਤੁਸੀਂ ਆਪਣੀ ਹੜਤਾਲ ਤੋਂ ਨਹੀਂ ਜੋ ਹੈ ਉੱਠੇ ਤਾਂ ਤੁਹਾਨੂੰ ਜੋ ਹੈ ਆਪਣੀ ਜੌਬ ਤੋਂ ਵੀ ਹੱਥ ਤੋਣਾ ਪੈ ਸਕਦਾ ਹੈ ਅਤੇ ਇਸ ਨੂੰ ਲੈ ਕੇ ਜੋ ਹੈ ਭਗਵੰਤ ਮਾਨ ਜੋ ਸਰਕਾਰ ਹੈ ਉਹ ਬਿਲਕੁਲ ਜੋ ਹੈ ਸਪਸ਼ਟ ਹੈ ਕਿ ਭਈ ਉਹ ਜੋ ਹੈ ਪਟਵਾਰ ਯੂਨੀਅਨ ਦੇ ਅੱਗੇ ਜੋ ਕਿ ਕਿਹਾ ਜਾਂਦਾ ਹੈ ਜੋ ਸਰਕਾਰ ਦਾ ਕਹਿਣਾ ਹੈ ਕਿ ਆਪਣੇ ਕੁਝ ਸਾਥੀਆਂ ਜੋ ਕਿ ਭ੍ਰਸ਼ਟਾਚਾਰ ਦੇ આરોਪ ਦੇ ਵਿੱਚ ਜੋ ਸ਼ਾਮਿਲ ਸਨ ਉਹਨਾਂ ਦੇ ਹੱਕ ਦੇ ਵਿੱਚ ਬੈਠੀ ਹੋਈ ਹੈ ਅਤੇ ਜੋ ਪਟਵਾਰੀ ਜੋ ਭਗਵੰਤ ਮਾਨ ਸਾਹਿਬ ਨੇ ਕਹਿ ਰਹੇ ਨੇ ਕਿ ਇਹ ਬਿਲਕੁਲ ਹੀ ਜ਼ਬਰਦਸਤ ੱੱਕਾ ਹੋ ਰਿਹਾ ਹੈ ਅਤੇ ਤੁਸੀਂ ਜੋ ਹੈ ਕਰਪਸ਼ਨ ਨੂੰ ਬढ़ावा ਦੇ ਰਹੇ ਹੋ ਅਤੇ ਇਸ ਨਾਲ ਜੋ ਹੈ ਸਰਕਾਰ ਦੀ ਜੋ ਨੀਤੀ ਹੈ ਜਿਸ ਜਿਸ ਦੇ ਅਕੋਰਡਿੰਗ ਅਸੀਂ ਇੱਕ ਵਧੀਆ ਟ੍ਰਾਂਸਪੇਰੈਂਟ ਗਵਰਨਮੈਂਟ ਲੈ ਕੇ ਆਉਣ ਦਾ ਜੋ ਵਾਅਦਾ ਕੀਤਾ ਸੀ ਉਸ ਦੇ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਨੇ ਤਾਂ ਲੇਕਿਨ ਹਜੇ ਵੀ ਜੋ ਪਟਵਾਰ ਯੂਨੀਅਨ ਹੈ ਦੋਸਤੋ ਉਹ ਆਪਣੀ ਜੋ ਜੋ ਪ੍ਰੋਟੈਸਟ ਹੈ ਉਸ ਨੇ ਜ਼ਰੂਰ ਖਤਮ ਕੀਤਾ ਹੈ ਲੇਕਿਨ ਫੇਰ ਵੀ ਉਸ ਨੇ ਜੋ ਉਹਨਾਂ ਨੂੰ ਵਾਧੂ ਪਾਰ ਦਿੱਤਾ ਗਿਆ ਸੀ ਇਹ ਵਾਧੂ ਪਾਰ ਦੋਸਤੋ ਵਾਧੂ ਪਾਰ ਦਾ ਇੱਥੇ ਮਤਲਬ ਹੈ ਕਿ ਜਦੋਂ ਮੈਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਪੰਜਾਬ ਦੇ ਵਿੱਚ ਟੋਟਲ ਪਟਵਾਰੀਆਂ ਦੇ 4500 ਲਗਭਗ 4600 ਸਰਕਲ ਨੇ ਅਤੇ ਇਹਨਾਂ 4600 ਸਰਕਲ ਦੀ ਜਦੋਂ ਅਸੀਂ ਗੱਲ ਕਰੀ ਕਰੀਏ ਤਾਂ ਇਸ ਦੇ ਵਿੱਚ ਸਿਰਫ 1500 ਸਰਕਲ 15 1600 ਸਰਕਲ ਹੀ ਭਰੇ ਹੋਏ ਨੇ ਮਤਲਬ ਇੰਨੇ ਹੀ ਪਟਵਾਰੀ ਕੰਮ ਕਰ ਰਹੇ ਨੇ ਅਤੇ ਇਹ 1500 ਪਟਵਾਰੀਆਂ ਨੂੰ ਹੀ ਬਾਕੀ ਰਹਿੰਦੇ 3000 ਸਰਕਲਾਂ ਦਾ ਕੰਮ ਦਿੱਤਾ ਹੋਇਆ ਸੀ ਤਾਂ ਤੁਸੀਂ ਇਹ ਸ਼ਬਦ ਬੜਾ ਇਸਤੇਮਾਲ ਕੀਤਾ ਗਿਆ ਰੀਸੈਂਟਲੀ ਤੁਸੀਂ ਸੁਣਿਆ ਹੋਵੇਗਾ ਕਿ ਬਈ ਪਟਵਾਰੀਆਂ ਨੇ ਆਪਣੀਆਂ ਕਲਮਾਂ ਵਾਪਸ ਕੀਤੀਆਂ ਇਹ ਕਲਮਾਂ ਵਾਪਸ ਕਰਨ ਦਾ ਮਤਲਬ ਹੈ ਕਿ ਜੋ ਇੱਕ ਇੱਕ ਪਟਵਾਰੀ ਨੂੰ ਤਿੰਨ ਤਿੰਨ ਸਰਕਲ ਦਿੱਤੇ ਹੋਏ ਸੀ ਤਾਂ ਉਹਨਾਂ ਨੂੰ ਵਾਧੂ ਸਰਕਲ ਕਲਮ ਵਾਲੀਆਂ ਜੋ ਕਲਮਾ ਨੇ ਜੋ ਪਾਰ ਹੈ ਉਹ ਉਹਨਾਂ ਨੇ ਵਾਪਸ ਕਰਤਾ ਅਤੇ ਕਿਹਾ ਕਿ ਬਈ ਸਾਨੂੰ ਜੋ ਆਲਰੇਡੀ ਜੋ ਸਾਡਾ ਹੱਕ ਬਣਦਾ ਹੈ ਜੋ ਅਸੀਂ ਐਕਚੁਅਲ ਜੋ ਹੈ ਸਾਡੀ ਜੋ ਜੌਬ ਜੂਰਿਸਡਿਕਸ਼ਨ ਦੇ ਵਿੱਚ ਅਸੀਂ ਉਹੀ ਕੰਮ ਕਰਾਂਗੇ ਵਾਧੂ ਪਾਰ ਅਸੀਂ ਵਾਧੂ ਜੋ ਕੰਮ ਹੈ ਅਸੀਂ ਨਹੀਂ ਕਰਨ ਵਾਲੇ ਹਾਂ ਲੇਕਿਨ ਦੂਸਰੇ ਪਾਸੇ ਜੋ ਭਗਵੰਤ ਮਾਨ ਜੋ ਸਰਕਾਰ ਪੂਰੀ ਤਰ੍ਹਾਂ ਬਈ ਇਸ ਚੀਜ਼ ਨੂੰ ਲੈ ਕੇ ਸਟ੍ਰਿਕਟ ਹੈ ਕਿ ਬਈ ਜੇ ਅਸੀਂ ਜੋ ਹੈ ਉਹ ਜੋ ਜੋ ਪਟਵਾਰ ਯੂਨੀਅਨ ਜਿਸ ਕਾਰਨ ਪ੍ਰੋਟੈਸਟ ਕਰ ਰਹੀ ਹੈ ਉਸ ਦੇ ਅਗੇਂਸਟ ਨਹੀਂ ਚੁੱਕਾਂਗੇ ਆਲਰੇਡੀ ਬਿਆਨ ਦੇ ਚੁੱਕੇ ਨੇ ਕਿ ਆਲਰੇਡੀ ਦੋਸਤੋ ਜੋ 2021 ਦੀ ਜੋ ਪਟਵਾਰੀ ਦੀ ਸਿਲੈਕਸ਼ਨ ਸੀ ਤਾਂ ਉਹ ਸਾਰੇ ਪਟਵਾਰੀਆਂ ਨੂੰ ਬਹੁਤ ਜਲਦ ਜੋ 1.5 ਸਾਲ ਦਾ ਉਹਨਾਂ ਦਾ ਟ੍ਰੇਨਿੰਗ ਪੀਰੀਅਡ ਸੀ 1.5 ਸਾਲ ਦਾ ਜੋ ਟ੍ਰੇਨਿੰਗ ਪੀਰੀਅਡ ਹੈ ਉਸ ਨੂੰ ਜੋ ਹੈ ਹੁਣ 15 ਮਹੀਨਿਆਂ ਵਿੱਚ ਹੀ ਖਤਮ ਕਰਕੇ ਹਾਲਾਂਕਿ ਪਹਿਲਾਂ 1 ਸਾਲ ਕਿਹਾ ਸੀ 15 ਮਹੀਨਿਆਂ ਦੇ ਵਿੱਚ ਖਤਮ ਕਰਕੇ ਉਹਨਾਂ ਨੂੰ ਜੋ ਹੈ ਅਪੁਆਇੰਟਮੈਂਟ ਲੈਟਰ ਦੇ ਦਾਂਗੇ ਉਹਨਾਂ ਨੂੰ ਕੰਮ ਤੇ ਲਾ ਦਾਂਗੇ ਅਤੇ ਦੋਸਤੋ ਇਸੇ ਸਾਲ ਹੋਏ ਹੋਣ ਵਾਲਾ ਜੋ ਐਗਜ਼ਾਮ ਸੀ ਉਹਨਾਂ ਦੀ ਵੀ ਬਹੁਤ ਜਲਦ ਕਿਉਂਕਿ ਮੈਂ ਕੱਲ ਪਰਸੋਂ ਵੀ ਵੇਖ ਰਿਹਾ ਸੀ ਕਿਸੇ ਹੋਰ ਸਟੇਟ ਦੇ ਵਿੱਚ ਗਏ ਹੋਏ ਸੀ ਹਿੰਦੀ ਵਿੱਚ ਬੋਲ ਰਹੇ ਸੀ ਪੰਜਾਬ 'ਚ ਹੁੰਦੇ ਤਾਂ ਪੰਜਾਬੀ ਜੀ ਗੱਲ ਕਰਦੇ ਉਹ ਦੱਸ ਰਹੇ ਸੀ ਕਿ ਵੀ ਇਹ ਜੋ 700 ਤੋਂ ਜ਼ਿਆਦਾ ਜੋ ਪਟਵਾਰੀ ਅਤੇ 500 ਜੋ ਛੱਟ ਜੋ ਸਬ ਇੰਸਪੈਕਟਰ ਹੈ ਉਹਨਾਂ ਨੂੰ 8 ਤੇ 9 ਸਤੰਬਰ ਨੂੰ ਜੋ ਹੈ ਟ੍ਰੇਨਿੰਗ ਲਈ ਜੋ ਹੈ ਭੇਜ ਦਿੱਤਾ ਜਾਣਾ ਹੈ ਅਪੁਆਇੰਟਮੈਂਟ ਲੈਟਰ ਦੇ ਦੇਣਾ ਹੈ ਅੱਜ ਦੋਸਤੋ ਲਗਭਗ ਅਸੀਂ ਵੇਖਦੇ ਹਾਂ ਕਿ 700 ਪਟਵਾਰੀ ਜੋ ਹੈ ਆਲਰੇਡੀ ਕੰਮ ਦੇ ਵਿੱਚ ਆ ਜਾਣਗੇ ਜੋ ਸਰਕਾਰ ਕਹਿ ਰਹੀ ਹੈ 700 ਨੂੰ ਅਸੀਂ ਜੋਇਨਿੰਗ ਲੈਟਰ ਦੇ ਦਾਂਗੇ ਉਹ ਵੀ ਬੜੀ ਜਲਦੀ ਆਪਣੀ ਟ੍ਰੇਨਿੰਗ ਕਰਕੇ ਫੀਲਡ ਦੇ ਵਿੱਚ ਆ ਜਾਣਗੇ ਅਤੇ ਜੇ ਜੀ 700 ਅਤੇ 700 ਨੂੰ ਮਿਲਾ ਲੀਏ ਫੇਰ ਵੀ ਲਗਭਗ 1600 ਪਟਵਾਰੀ ਦੀ ਜੋ ਵੈਕੈਂਸੀ ਹਜੇ ਵੀ ਖਾਲੀ ਸੀ 500 ਜੋ ਹੈ ਦੋਸਤੋ ਜੋ ਆਪਣਾ 580 ਤੋਂ ਜ਼ਿਆਦਾ 584 ਵੈਕੈਂਸੀ ਹੋਰ ਇਹਨਾਂ ਨੇ ਕੱਢ ਦਿੱਤੀ ਹੈ ਤੇ ਹੋਰ ਉਮੀਦ ਲੱਗ ਰਿਹਾ ਹੈ ਕਿ ਜੋ ਵੈਕੈਂਸੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਨਕਰੀਜ਼ ਵੀ ਹੋ ਸਕਦੀ ਹੈ ਤਾਂ ਅਸੀਂ ਵੇਖਦੇ ਹਾਂ ਕਿ ਇਹ ਐਸਐਮ ਦਾ ਪੂਰਾ ਜੋ ਮਸਲਾ ਹੈ ਉਹ ਕਿੰਨਾ ਹਾਵੀ ਹੋ ਚੁੱਕਿਆ ਹੈ ਕਿ ਸਰਕਾਰ ਨਵੀਆਂ ਜੌਬਸ ਵੀ ਕੱਢ ਰਹੀ ਹੈ ਤੇ ਪੁਰਾਣੇ ਮੁਲਾਜ਼ਮਾਂ ਦੇ ਅੱਗੇ ਨਹੀਂ ਝੁਕ ਰਹੀ ਹੈ ਤਾਂ ਇਹ ਜੋ ਐਸਐਮਏ ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਅੱਗੇ ਵਧਣ ਤੋਂ ਪਹਿਲਾਂ ਦੱਸ ਦਵਾਂ 1968 1968 ਦੇ ਵਿੱਚ ਇੰਦਰਾ ਗਾਂਧੀ ਗਵਰਨਮੈਂਟ ਲੈ ਕੇ ਆਈ ਸੀ ਦੋਸਤੋ ਕੁਝ ਇਸ ਤਰ੍ਹਾਂ ਦੀਆਂ ਸਰਵਿਸਿਜ਼ ਅਸੀਂ ਐਗਜ਼ਾਮਪਲ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਖਾਸ ਤੌਰ ਤੇ ਦੋਸਤੋ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਸਾਡੀਆਂ ਹੈਲਥ ਸਰਵਿਸਿਜ਼ ਨੇ ਹੈਲਥ ਸਰਵਿਸਿਜ਼ ਨੇ ਉਸ ਤੋਂ ਇਲਾਵਾ ਸਾਡੀਆਂ ਗਰੋਸਰੀ ਨਾਲ ਜੁੜੀਆਂ ਜੋ ਸਰਵਿਸਿਜ਼ ਨੇ ਉਹ ਉਹ ਜੋ ਹੈ ਡੈਫੀਨੇਟਲੀ ਜੋ ਹੈ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਦੋਸਤੋ ਬੇਸਿਕ ਨੀਡਸ ਨੇ ਹਾਲਾਂਕਿ ਇਹ ਜੋ ਐਸੈਂਸ਼ੀਅਲ ਸਰਵਿਸਿਜ਼ ਦੀ ਜੋ ਡੈਫੀਨੇਸ਼ਨ ਹੈ ਸਟੇਟ ਟੂ ਸਟੇਟ ਵੈਰੀ ਜ਼ਰੂਰ ਕਰਦੀ ਹੈ ਲੇਕਿਨ 2016 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਦੇ ਵਿੱਚ ਇਸਮਾ ਲਈ ਦੋਸਤੋ ਇੱਕ ਨਵਾਂ ਐਕਟ ਪਾਸ ਕਰ ਦਿੱਤਾ ਸੀ ਜਿਹਦੇ ਵਿੱਚ ਜੋ ਹੈ ਭਾਈ 7ਵੇਂ ਸ਼ੈਡਿਊਲ ਦੇ ਵਿੱਚ ਘੱਟੋ ਘੱਟ 33 ਅੰਡਰ ਲਿਸਟ 33 ਆਫ ਦਾ ਕੰਕੋਰਡੈਂਟ ਲਿਸਟ ਆਫ ਦਾ 7th ਸ਼ੈਡਿਊਲ ਆਫ ਦਾ ਕਨਸਟੀਟਿਊਸ਼ਨ ਇਹਦੇ ਵਿੱਚ ਜੋ ਹੈ ਪਾ ਦਿੱਤੀਆਂ ਸੀ ਐਂਡ ਇਟ ਪ੍ਰੀਜ਼ਰਵ ਨੈਸ਼ਨਲ ਕੰਸਿਸਟੈਂਸੀ ਬਾਈ ਪ੍ਰੋਵਾਈਡਿੰਗ ਦਾ ਬੇਅਰ ਮਿਨੀਮਮ ਆਫ ਫੀਟਲ ਸਰਵਿਸਿਜ਼ ਅਕਰੋਸ ਦਾ ਕੰਟਰੀ ਭਾਈ ਜਿੰਨਾ ਰਾਹੀ ਜੋ ਹੈ ਘੱਟੋ ਘੱਟ ਜੋ ਬੇਸਿਕ ਜੋ ਸਹੂਲਤਾ ਨੇ ਉਹਨਾਂ ਨੂੰ ਕਦੇ ਵੀ ਕਿਸੇ ਵੀ ਜੋ ਯੂਨੀਅਨ ਦੇ ਜਾਂ ਕਿਸੇ ਵੀ ਗਵਰਨਮੈਂਟ ਦੇ ਕਿਸੇ ਵੀ ਅਧਾਰੇ ਦੇ ਟੈਸਟ ਕਰਕੇ ਆਮ ਲੋਕਾਂ ਨੂੰ ਜੋ ਹੈ ਸਮੱਸਿਆਵਾਂ ਨਾ ਜੋ ਹੈ ਉਹ ਕਰਨੀਆਂ ਪੈਂਦਾ ਐਸੇ ਵਿੱਚ ਪੰਜਾਬ ਦੇ ਵਿੱਚ ਜੋ ਹੈ ਇਹਨਾਂ ਨੇ ਲਾ ਦਿੱਤਾ ਅਤੇ ਹੁਣ ਇਸ ਦਾ ਮਤਲਬ ਇਹ ਵੀ ਹੈ ਕਿ ਇਹ ਜੋ ਪਟਵਾਰ ਯੂਨੀਅਨ ਜੇ ਕਿਸੇ ਵੀ ਤਰ੍ਹਾਂ ਦਾ ਹੋਰ ਪ੍ਰੋਟੈਸਟ ਜਾਂ ਇਸ ਨੂੰ ਅੱਗੇ ਲੈ ਕੇ ਜਾਂਦੀ ਹੈ ਤਾਂ ਪਟਵਾਰ ਯੂਨੀਅਨ ਦੇ ਜੋ ਜੋ ਵੀ ਲੀਡਰਸ ਨੇ ਜਾਂ ਜੋ ਵੀ ਕਰਮਚਾਰੀ ਹੜਤਾਲ ਦੇ ਬੈਠੇ ਨੇ ਉਹਨਾਂ ਦੀ ਜੌਬਸ ਜਾ ਸਕਦੀਆਂ ਨੇ ਉਸ ਤੋਂ ਅਤੇ ਉਹਨਾਂ ਨੂੰ ਇਵਨ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਵਿਦਾਊਟ ਐਨੀ ਵਾਰੰਟ ਤਾਂ ਇਸੇ ਕਰਕੇ ਕਈ ਸਾਰੇ ਜੋ ਆਪੋਜੀਸ਼ਨ ਪਾਰਟੀਆਂ ਨੂੰ ਕਹਿ ਰਹੀਆਂ ਕਿ ਭਈ ਇਹ ਤਾਂ ਲੋਕਤੰਤਰ ਲਈ ਹੀ ਖਤਰਾ ਹੋ ਚੁੱਕਿਆ ਹੈ ਹਾਲਾਂਕਿ ਭਗਵੰਤ ਮਾਨ ਸਰਕਾਰ ਦਾ ਇਹੀ ਕਹਿਣਾ ਹੈ ਕਿ ਲੋਕਾਂ ਦੇ ਜੋ ਬੇਸਿਕ ਜੋ ਜੋ ਫੈਸਿਲਿਟੀਆਂ ਨੇ ਜੋ ਉਹਨਾਂ ਨੂੰ ਅਸੀਂ ਜੋ ਹੈ ਉਹ ਡਿਲੀਵਰ ਨਹੀਂ ਕਰ ਪਾਏ ਤਾਂ ਜੋ ਹੈ ਭਈ ਇਸ ਡੈਮੋਕ੍ਰੇਸੀ ਦਾ ਵੀ ਕੋਈ ਸਾਨੂੰ ਬੈਨੀਫਿਟ ਨਹੀਂ ਲੱਗਦਾ ਇਸ ਲੋਕਤੰਤਰ ਦਾ ਵੀ ਕੋਈ ਜੋ ਹੈ ਵਜੂਦ ਨਹੀਂ ਰਹਿੰਦਾ ਤਾਂ ਦੋਨਾਂ ਦੇ ਆਪਣੇ ਆਪਣੇ ਤਰਕ ਨੇ ਤਾਂ ਲੇਕਿਨ ਦੋਸਤੋ ਜੇ ਅਸੀਂ ਵੇਖੀਏ ਇਸ ਦੇ ਵਿੱਚ ਇੱਕ ਚੰਗੀ ਗੱਲ ਹੋਈ ਹੈ ਸਾਡੇ ਲਈ ਜੋ ਸਟੂਡੈਂਟਸ ਐ ਕਿ ਭਗਵੰਤ ਸਿੰਘ ਸਾਹਿਬ ਨੇ ਨਵੀਆਂ ਵੈਕੈਂਸੀਜ਼ ਜ਼ਰੂਰ ਡਿਕਲੇਅਰ ਕਰ ਦਿੱਤੀਆਂ ਅਤੇ ਹੁਣ ਤੁਸੀਂ ਪੂਰਾ ਮਸਲਾ ਜ਼ਰੂਰ ਸਮਝ ਗਏ ਹੋਵੋਗੇ ਅਤੇ ਇਸ ਤੋਂ ਸਾਨੂੰ ਇਹ ਵੀ ਪਤਾ ਲੱਗ ਰਿਹਾ ਕਿ ਬਹੁਤ ਜਲਦ ਹੁਣ ਜੋ ਹੈ ਇਹ ਵੈਕੈਂਸੀਜ਼ ਇਨਕਰੀਜ਼ ਵੀ ਹੋ ਸਕਦੀ ਹੈ ਤਾਂ ਸਾਨੂੰ ਆਪਣੀ ਜੋ ਤਿਆਰੀ ਹੈ ਜ਼ਰੂਰ ਖਿੱਚ ਲੈਣੀ ਚਾਹੀਦੀ ਹੈ ਕਿਉਂਕਿ ਡੈਫੀਨੇਟਲੀ ਜੋ ਹੈ ਇਸ ਤੋਂ ਵਧੀਆ ਚਾਂਸ ਸਾਨੂੰ ਨਹੀਂ ਮਿਲਣ ਵਾਲਾ ਵੀਡੀਓ ਦੀਆਂ ਵੈਕੈਂਸੀਜ਼ ਦੁਬਾਰਾ ਆਉਣ ਵਾਲੀਆਂ ਨੇ ਦੋਸਤੋ ਜਨਵਰੀ ਬਹੁਤ ਨਜ਼ਦੀਕ ਹੈ ਜਨਵਰੀ ਦੇ ਵਿੱਚ ਤੁਹਾਨੂੰ ਪਤਾ ਹੈ ਨੋਟੀਫਿਕੇਸ਼ਨ ਆ ਜਾਏਗੀ ਨਵੀਂ ਕੌਨਸਟੇਬਲ ਅਤੇ ਐਸਆਈ ਦੀ ਭਰਤੀ ਦੀ ਤਾਂ ਅਗਲੇ 6 ਮਹੀਨੇ ਤੁਹਾਡੀ ਜ਼ਿੰਦਗੀ ਦੇ ਬੜੇ ਮਹੱਤਵਪੂਰਨ ਜੋ ਹੈ ਮੁੱਦੇ ਬੜਾ ਮਹੱਤਵਪੂਰਨ ਜੋ ਹੈ ਟਾਈਮ ਆਉਣ ਵਾਲਾ ਹੈ ਤਾਂ ਇਸ ਨੂੰ ਲੈ ਕੇ ਮੈਂ ਲਾਸਟ ਦੇ ਵਿੱਚ ਇਹ ਵੀ ਦੱਸ ਦਵਾਂ ਮੈਂ ਦੋਸਤੋ ਅਸੀਂ ਇੱਕ ਆਪਣਾ ਬੈਚ ਵੀ ਸ਼ੁਰੂ ਕੀਤਾ ਹੈ ਜੋ 4 ਸਤੰਬਰ ਤੋਂ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ ਲੇਕਿਨ ਹਜੇ ਡੈਮੋ ਕਲਾਸ ਚ ਚੱਲ ਰਹੀਆਂ ਨੇ ਤੁਸੀਂ ਡੈਮੋ ਕਲਾਸ ਲੈ ਸਕਦੇ ਹੋ ਅਤੇ ਇਸ ਦੀ ਫੀਸ ਬੜੀ ਹੀ ਅਸੀਂ ਜੋ ਹੈ ਵਾਜਬ ਰੱਖੀ ਹੈ 4000 ਹੈ ਜੇ ਤੁਸੀਂ ਆਨਲਾਈਨ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਐਂਡ ਦੋਸਤੋ ਜੇ ਤੁਸੀਂ ਆਫਲਾਈਨ ਲਈ ਆਉਣ ਆ ਸਕਦੇ ਹੋ ਤਾਂ ਮੈਨੂੰ ਲੱਗਦਾ ਹੈ ਜ਼ਿਆਦਾ ਬੈਨੇਫੀਸ਼ੀਅਲ ਹੈ ਕਿਉਂਕਿ ਤੁਸੀਂ ਵੇਖੋ ਕਿ ਆਫਲਾਈ ਬਹੁਤ ਜ਼ਿਆਦਾ ਘੱਟ ਰੱਖਿਆ ਜਿੱਥੇ ਬਾਕੀ ਅਕੈਡਮੀਆਂਸ ਦੋਸਤੋ 18000 20000 22000 ਫੀਸ ਦੇ ਉੱਪਰ ਤੁਹਾਨੂੰ ਕਰਵਾ ਰਹੀਆਂ ਨੇ ਉੱਥੇ ਅਸੀਂ ਸਿਰਫ 5000 ਰੁਪੀਸ ਅਤੇ ਦੋਸਤੋ 5000 ਦੇ ਰੁਪਏ ਤੁਹਾਨੂੰ 4 ਮਹੀਨੇ ਜਿਹਦੇ ਪੂਰਾ ਸਿਲੇਬਸ ਹੈ ਤੁਹਾਨੂੰ ਜੋ ਹੈ ਉਹ ਕਰਵਾਇਆ ਜਾਏਗਾ ਜੇ ਤੁਸੀਂ ਘਰ ਤੋਂ ਬੈਠੇ ਹੀ ਜੁੜਨਾ ਚਾਹੁੰਦੇ ਹੋ ਤਾਂ ਉਹਦੇ ਲਈ ਜੋ ਫੀਸ ਹੈ ਓਨਲੀ ਐਂਡ ਓਨਲੀ 4000 ਲੇਕਿਨ ਮੈਂ ਫੇਰ ਕਹਾਂਗਾ ਡੈਮੋ ਲੈਕਚਰ ਲਾ ਕੇ ਹੀ ਤੁਸੀਂ ਜੋ ਹੈ ਆਪਣੀ ਐਡਮਿਸ਼ਨ ਲੈ ਸਕਦੇ ਹੋ ਅਤੇ ਅਗਲੇ 6 ਮਹੀਨੇ ਦੇ ਵਿੱਚ ਆਪਣਾ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਜੋ ਸੁਪਨਾ ਹੈ ਉਹਨੂੰ ਪੂਰਾ